स्वागत है किसान भीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान भीर अपने इस चैनल ते वीडियो पहली बार देख रहे आ उन्हां नूं रिक्वेस्ट है कि अपने यूट्यूब चैनल नूं सबसक्राइब कर लिओ। सो किसी भी वीर ने इदां दी ऐड करवाउणी होवे तां मेरा नंबर आ 8427198817। सो अज दी वीडियो विच इक गब्बन झोटी ते इक पलून सून वाली बैड इह दो नग वीर दे सेल आ। सो डिटेल आपां वीर तों पुछ के तुहाडे नाल शेयर करदे आ। सत श्री अकाल भाई। सत श्री अकाल। हां जी वीरे, नाम एड्रैस दस्सो अपना। नाम रविंदर सिंह जी, पिंड दीपवाड़ी, जिला बरनाला। ਤੇ ਨੰਬਰ ਵੀਰੇ ਆਪਣਾ 9725248747। ਠੀਕ ਆ। ਪਹਿਲੇ ਨੰਬਰ ਵੀਰੇ ਜਿਹੜੇ ਆਪਾਂ ਝੋਟੀ ਦੇਖਦੇ ਪਏ ਆ, ਕਿਹੜਾ ਸੂਆ ਵੀਰ ਸੁਣਦੀ ਹੈ? ਦੂਜੇ ਸੁਣਦੀ ਹੈ ਜੀ। ਠੀਕ ਹੈ। ਕਿੰਨਾ ਕੁ ਟਾਈਮ ਬਾਕੀ ਪਿਆ ਸੁਣ 'ਚ? ਤਾਂ ਇਹ 20 ਤਰੀਕ ਨੂੰ ਦਿਨ ਪੂਰੇ ਜੀ, 20 ਤਰੀਕ ਨੂੰ ਲਗਭਗ 9 ਦਿਨ ਬਾਕੀ ਪਿਆ ਸੁਣ 'ਚ। ਤੇ ਪਹਿਲੇ ਸੂਏ ਦੱਸਿਆ ਹੁਣ ਮਾਲਕ ਨੇ ਦੁੱਧ ਕਿੰਨਾ ਕੁ ਪਾਇਆ ਪਿਆ? 11 ਲੀਟਰ ਦਿੱਤਾ ਜੀ। ਠੀਕ ਹੈ। ਇਸ ਵਾਰ ਮੰਨ ਕੇ ਚੱਲੀਏ ਅੰਦਾਜ਼ੇ ਦੇ ਹਿਸਾਬ ਨਾਲ, ਬੋਡੀ ਵੇਟ ਦੇ ਹਿਸਾਬ ਨਾਲ ਵੀ ਆਪਾਂ ਕਿੰਨਾ ਕੁ ਪਾ ਸਕਦੇ ਹਾਂ? 13 ਤੇ 14 ਕੁ ਪਾ ਦਿੰਦੇ। ਠੀਕ ਹੈ, ਮੰਨ ਕੇ 13 ਕੁ ਲੀਟਰ ਮੰਨ ਕੇ ਚੱਲੀ ਵੀ ਪਾ ਦੋਗੇ ਨਾ? ਠੀਕ ਹੈ। ਤੇ ਮੰਨ ਕੇ ਚੱਲੀ ਵੀ ਥਾਣ ਥੂਣ ਆਪਾਂ ਖਿੱਚੇ ਹੋਣੇ, ਓਕੇ ਜਮਾ ਕੋਈ ਦੂਰ ਵਾਜੇ ਡਿੱਕ ਤਾਂ ਦੀ ਗੱਲ ਤਾਂ ਨਹੀਂ? ਤੇ ਮੁੱਲ ਇਹਦਾ ਕੀ ਰੱਖਿਆ? ਮੁੱਲ ਫੋਨ ਤੇ ਕਰਾਂਗੇ, ਕਿਹੜੀ ਕੋ ਵੇਚਣ ਵਾਲਾ ਬਾਈ ਦਾ ਹੋ ਜਾਇਜ਼ ਜਮਾ। ਹਾਂ ਜਾਇਜ਼। ਤੋਰ ਦੇ ਭਰਾ ਬਾਹਰ ਨੂੰ। ਸੋ ਵੀਰੋ, ਪੈਠ ਪੁੜੇ ਦੀ ਬਣਤਰ ਦੇਖ ਸਕਦੇ ਹੋ, ਝੋਟੀ ਬਹੁਤ ਚੰਗੀ ਆ, ਖੜੀ ਪੈਠ ਦੀ ਆ। ਦੂਸਰਾ ਸੂਆ ਸੁਣਦੀ ਪਿਆ ਰੰਗ ਬਿਲਕੁਲ ਕਾਲਾ ਜਾਮਣ ਵਰਗਾ, ਤੇ 9 ਕੁ ਦਿਨ ਇਹਦੇ ਪੈਂਡਿੰਗ ਪਿਆ ਸੂਣ ਦੇ ਵਿੱਚ, ਤੇ 13 ਕੁ ਕਿਲੋ ਅੰਦਾਜ਼ਾ ਦੁੱਧ ਆਰਾਮ ਨਾਲ ਦੇ ਦੂ। ਵਧੀਆ, ਪਹਿਲੇ ਸੂਏ ਦੱਸ ਦੇ ਕਿ 11 ਕਿਲੋ ਦੁੱਧ ਪਾਇਆ ਹੋਇਆ। ਮੁੱਲ ਵੀਰ ਕਹਿੰਦਾ ਬਿਲਕੁਲ ਵਾਜਬ ਹੋਊਗਾ, ਫੋਨ ਤੇ ਕਰਾਂਗੇ ਕਿਉਂਕਿ ਵਪਾਰ ਦਾ ਕੰਮ ਆ। ਕੀ ਯਾਰ, ਵਪਾਰੀ ਵੀਰ ਵੀਰਾਂ ਕੋਲ ਜ਼ਿਆਦਾ ਆਉਂਦੇ ਆ। ਸੋ ਸਿੰਗ ਮੂੰਹ ਮੱਥਾ ਦੇਖੋ, ਸਿੰਗ ਥੋੜ੍ਹਾ ਜਿਹਾ ਖੁੱਲ੍ਹਾ, ਅਤੇ ਬਾਕੀ ਬੇਲ ਵਗੈਰਾ ਅਤੇ ਲੰਬਾਈ ਉਚਾਈ ਚੜ੍ਹਾਈ ਝੋਟੀ 'ਚ ਬਹੁਤ ਆ। ਨਵਾਂ ਹਾਣਾ ਬਿਲਕੁਲ ਦੂਸਰਾ ਸੂਆ। ਸੋ ਥਣ ਵਗੈਰਾ ਦੇਖ ਸਕਦੇ ਹੋ, ਵਧੀਆ ਮੁੱਠੀ ਵਾਲਾ ਸੋਹਣਾ ਸਹਿਜ ਵਾਲਾ ਥਣ ਲੱਗਿਆ ਵਾ। ਦੂਸਰਾ ਸੂਆ ਸੂਣ ਨੂੰ ਕੁਝ ਕੁ ਦਿਨ ਬਾਕੀ ਇਹਦੇ। ਅਤੇ ਬਾਈ ਜੀ, ਦੂਜੇ ਨੰਬਰ ਜਿਹੜੀ ਬੱਚੀ ਦੇਖਦੇ ਪਏ ਆਪਾਂ, ਇਹ ਕਿਹੜਾ ਸੂਆ? ਪਲੂਣ ਸੁਣਦੀ ਹੈ ਹੈ ਨਾ? ਇਹ ਆਪਣੀ ਘਰ ਦੀ ਹੈਗੀ ਹੈ ਨਾ? ਠੀਕ ਆ। ਇਹ ਆਪਾਂ ਘਰੇ ਪਾਲੀ ਆ। ਕਿੰਨਾ ਕੁ ਦੁੱਧ ਸੀ ਜੀ ਮਾਂ ਥੱਲੇ? ਮਾਂ ਥੱਲੇ 32 ਲੀਟਰ ਦੁੱਧ ਸੀ। ਠੀਕ ਹੈ। ਅਤੇ ਹੁਣ ਇਹਦੇ ਕਿੰਨਾ ਕੁ ਟਾਈਮ ਬਾਕੀ ਆ ਸੂਣ 'ਚ? ਇਹਦਾ ਹਫ਼ਤਾ ਪਿਆ ਜੀ। ਇੱਕ ਹਫ਼ਤਾ ਸੂਣ 'ਚ ਬਾਕੀ ਆ। ਅਤੇ ਦੰਦਾਂ ਨਹੀਂ ਦੇਖੇ ਆਪਾਂ ਇਹਦੇ? ਦੋ ਦੰਦ ਆ, ਲਗਭਗ 2.5 ਸਾਲ ਦੀ ਉਮਰ ਹੋ ਸਕਦਾ, 2.5 ਸਾਲ ਦੀ। ਅਤੇ ਉਸ ਅੰਦਾਜ਼ੇ ਹਿਸਾਬ ਨਾਲ, ਜਿਹੜੇ ਹਿਸਾਬ ਨਾਲ ਪਲੀ ਪੁਲੀ ਵੀ ਖੈਰ ਬਹੁਤ ਚੰਗੀ ਆ, ਹੈ ਨਾ, ਕਿੰਨੀ ਕੁ ਉਮੀਦ ਕਰ ਸਕਦੇ ਆਪਾਂ ਦੁੱਧ ਦੀ ਇਹਤੋਂ? 30 ਲੀਟਰ ਦੀ ਉਮੀਦ ਰੱਖਦੇ ਹਾਂ ਜੀ। ਠੀਕ ਆ। ਪਲੂਣ ਵੀ 28-30 ਕਿਲੋ ਵਾਲੀ ਹੈਗੀ ਆ। ਅਤੇ ਠੀਕ ਆ, ਥੋੜ੍ਹੇ ਥੋੜ੍ਹੇ ਭਲਾ ਪਾਉਣ ਲੱਗ ਗਈ, ਹੈ ਨਾ। ਠੀਕ ਹੈ। ਸੋ ਕੱਦ ਬੈਠ ਦੇਖੋ, ਪੂਰਾ ਚੰਗਾ ਵੱਡਾ ਕੱਦ ਬੈਠਾ, ਘਰ ਦੀ ਬੱਚੀ ਵੀਰਾਂ ਦੀ ਪਾਲੀ ਹੋਈ ਹੈ, ਕਿਉਂਕਿ ਚੰਗੀ ਬੈਠ ਦੀ ਬੱਚੀ ਘਰੇ ਪਾਲੀ, ਵੈਸੇ ਕੰਮ ਵਪਾਰ ਦਾ, ਇਹ ਪਹਿਲੀ ਬੱਚੀ ਵੀਰਾਂ ਨੇ ਘਰੇ ਪਾਲੀ ਹੈ। ਅਤੇ ਇਹਦਾ ਭਾਅ ਯਾਰ ਫਿਰ ਕੀ ਕਰਨਾ? ਤੋਰ ਦਿਓ ਬਾਹਰ ਨੂੰ। ਸੋ ਵੀਰੋ, ਕੱਦ ਕਾਠ ਝੋਟੀ ਸੋਰੀ ਬੈਠ ਦਾ ਦੇਖ ਸਕਦੇ ਹੋ, ਬਹੁਤ ਉੱਚੇ ਲੰਬੇ ਕੱਦ ਕਾਠ ਦੀ ਬੈੜਾ, ਪਲੂਣ ਪਹਿਲਾ ਸੂਗਾ, ਮੂੰਹੋਂ ਦੋ ਦੰਦ, ਘਰ ਦੀ ਪਾਲੀ ਹੋਈ ਬੈੜ ਆ ਵੀਰਾਂ ਦੀ ਇਹ। ਅਤੇ ਚੰਗੀ ਬੈਠ ਸੀ ਬਹੁਤ, ਜਿਹਦੀ ਬੱਚੀ ਪਾਲੀ ਆ ਇਹ, 2.5 ਸਾਲ ਦੇ ਲਗਭਗ ਇਹਦੀ ਏਜ ਆ। ਸੋ ਬੇਲ ਬੂਲ ਦੇਖੋ, ਬਹੁਤ ਵੱਡੀ ਰਾਜੀ ਬਹੁਤ ਆ, ਦੁੱਧ ਤੁਹਾਨੂੰ ਆਰਾਮ ਨਾਲ 28-30 ਕਿਲੋ ਪਾ ਦੂਗੀ। ਠੀਕ ਹੈ ਠੀਕ ਹੈ, ਕਿਉਂਕਿ ਹੋਮ ਬਰੀਡ ਆ ਜਮਾਂ ਇਹ। ਸੋ ਦੇਖੋ, ਬਹੁਤ ਚੰਗੀ ਲੈ ਚੱਲ, ਕੱਦ ਕਾਠ ਪੂਰਾ ਫੁੱਲ ਡਬਲ ਆ, ਵਧੀਆ ਬਰੀਡ ਵਾਲੀ ਬੈੜ ਆ ਜਮਾਂ। ਅਤੇ ਇਹ ਆਪਣੇ ਮੰਨ ਕੇ ਚਲੋ ਵੀ ਇੱਥੇ ਆਮ ਨੋਰਮਲ ਜਿਵੇਂ ਮੱਝਾਂ ਬੰਨੀਆਂ ਹੁੰਦੀਆਂ, ਉਸ ਟੈਂਪਰੇਚਰ ਦੇ ਵਿੱਚ ਇਹ ਬਲੀ ਵੀ ਹੈ, ਇਹਨੂੰ ਕੋਈ ਬਾਹਲੀ ਦਿੱਕਤ ਨਹੀਂ ਆਉਣੀ ਕਿ ਇਹਨੂੰ ਮੰਨ ਕੇ ਚਲੋ ਫੋਗਰ ਵਗੈਰਾ ਚਾਹੀਦਾ ਜਾਂ ਹੋਰ ਚਾਹੀਦਾ, ਕਿਉਂਕਿ ਜਿਹੜੇ ਵਾਤਾਵਰਨ ਦੇ ਵਿੱਚ ਬਲੀਆ ਵਪਾਰ ਵਾਲੇ ਪਸ਼ੂ ਦੇ ਨਾਲ ਪਲੀ ਵੀ ਹੈ ਜਮਾਂ ਇਹ। ਅਤੇ ਚੰਗਾ ਵਧੀਆ ਦੁੱਧ ਪੈ ਜੂ, ਅਤੇ ਵਾਤਾਵਰਨ ਵੀ ਸੂਟ ਕਰੂ ਗਰਮੀ ਵਾਲੇ ਨੂੰ। ਹਾਂਜੀ ਵੀਰੇ, ਨੰਬਰ ਵਗੈਰਾ ਦੁਆਰੇ ਫਿਰ ਬੋਲ ਜਾ ਆਪਣਾ। 9725248747। ਠੀਕ ਹੈ। ਜਿਹੜੇ ਆਪਾਂ ਇਹਨਾਂ ਦਾ ਮੰਨ ਕੇ ਮੁੱਲ ਬਾੜੀ ਕਰਨਾ ਵੀ, ਘਰ ਆਏ ਬੰਦੇ ਤੇ ਪੱਲੇ ਪਊ ਗੱਲ? ਹਾਂਜੀ ਹਾਂਜੀ, ਜਾਇਜ਼ ਹੋਊਗਾ ਜੀ, ਦੇ ਕੇ ਮੋੜਾਂਗੇ, ਜਿਹੜਾ ਕੋਈ ਬੰਦਾ ਆਏਗਾ। ਠੀਕ ਹੈ। ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀ